ਪਿੰਡ ਚੋਆ ਜੀ, ਜ਼ਿਲ੍ਹਾ ਬਠਿੰਡਾ ਜੀ। ਜਿਹੜੇ ਤੁਸੀਂ ਗੱਡੀ ਦੇ ਵਿੱਚ ਪਰਿਵਾਰ ਦੇਖਿਆ, ਇਹ ਪਿੰਡ ਚੋਆ ਦਾ ਗਾ। ਘਰ ਦੇ ਹਾਲਾਤ ਨੇ ਬੜੇ ਮਾੜੇ ਆ, ਤਿੰਨ ਜਾਣੇ ਆ ਘਰ ਦੇ ਵਿੱਚ ਅਤੇ ਕੋਈ ਮਗਰ ਮੂਹਰੇ ਇਹਨਾਂ ਦੇ ਕੋਈ ਹੈ ਨਹੀਂ ਜੀ। ਜਿਹੜੇ ਹਾਲਾਤ ਨੇ ਬੜੇ ਮਾੜੇ ਨੇ ਅਤੇ ਬੱਚਾ ਚੱਲ ਫਿਰ ਵੀ ਨਹੀਂ ਸਕਦਾ। ਇੱਕ ਭੈਣ, ਇੱਕ ਮਾਤਾ ਜੀ ਨੇ, ਤਿੰਨ ਘਰ ਦੇ ਮੈਂਬਰ ਨੇ। ਮਾਤਾ ਕੀ, ਉਹਨਾਂ ਨੂੰ ਗਠੀਏ ਦੀ ਬਿਮਾਰੀ ਆ। ਜਿਹੜਾ ਬੱਚਾ ਗਾ ਜੀ, ਆਹ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ, ਬੱਚੇ ਦੇ ਚਮੜੀ ਰੋਗ ਤਾਂ ਬਹੁਤ ਵਧਿਆ ਪਿਆ, ਚਮੜੀ ਰੋਗ ਤਾਂ ਵਧਿਆ ਪਿਆ, ਦੇਖੋ ਕਿੰਨਾ ਜ਼ਿਆਦਾ ਆ। ਅਤੇ ਇਹ ਲੱਤਾਂ ਤੋਂ ਵੀ ਬੈਠਾ ਗਾ ਜੀ, ਟੂਹੀ ਦੇ ਪਤਾ ਨਹੀਂ ਤਾਂ ਮਣਕਾ ਬੈਠਿਆ ਵਾ ਇਹਦਾ, ਰੱਬ ਜਾਣਦਾ। ਇਹ ਤੁਰ ਨਹੀਂ ਸਕਦਾ, ਗੁੜੀਆ ਗਈ ਇਹਦੀ, ਇੱਕ ਗੁਰਦੇ ਦੀ ਮਰੀਜ਼ ਹੈ, ਇੱਕ ਗੁਰਦਾ ਇਹਦੇ ਵਿਚਾਰੀ ਦੇ। ਇਕੱਲੀ ਜਾਣੀ ਇਹ ਸਾਂਭਦੀ ਇਹਨਾਂ ਨੂੰ, ਪੰਜਵੀਂ ਕਲਾਸ ਦੀ ਪੜ੍ਹਾਈ ਛੱਡ ਕੇ। ਮੈਨੂੰ ਗਠੀਆ ਗਾ, ਉਧਰੋਂ ਲੱਤ ਦਾ ਆਪਰੇਸ਼ਨ ਹੋ ਗਿਆ ਅਤੇ ਉਧਰੋਂ ਮੇਰਾ ਪੁੱਤ ਪਿਆ ਗਾ। ਆਹੀ ਆ ਵਿਚਾਰੀ, ਵਗ ਜਾਂਦੇ ਦਿਹਾੜੀ ਦੱਪੇ, ਸਾਨੂੰ ਕਿਤੇ ਇਹਨੂੰ ਸਾਂਭਦੀ ਆ ਕਿਤੇ ਮੈਨੂੰ ਸਾਂਭਦੀ ਆ। ਇਕੱਲੀ ਜਾਣੀ ਕਦੇ ਘਰ ਬਾਥਰੂਮ ਲੈਟਰਿੰਗ ਵੀ ਨਹੀਂ, ਬਾਥਰੂਮ ਲੈਟਰਿੰਗ ਬੱਠਲ 'ਚ ਕਰਦੀ ਆ, ਇਹ ਕੁੜੀ ਸਿਰ 'ਤੇ ਚੱਕ ਕੇ ਬਾਹਰ ਸੁੱਟ ਕੇ ਆਉਂਦੀ ਆ, ਆਹ ਬੱਚੇ ਨੂੰ ਚੱਕ ਕੇ ਆਪ ਬਿਠਾਉਂਦੀ ਆ ਜੀ ਬੈੱਡ 'ਤੇ। ਸਤਿ ਸ਼੍ਰੀ ਅਕਾਲ ਮਾਤਾ, ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਹਾਂ ਵੀ ਮੁੰਡਿਆ, ਕਿਵੇਂ ਆ? ਠੀਕ ਆ। ਤੂੰ ਕੀ ਨਾਂ ਤੇਰਾ ਪੁੱਤ? ਬੱਬੀ। ਬੱਬੀ ਬੱਬੀ ਕਿਵੇਂ ਆ? ਬੱਬੀ ਪੜ੍ਹਨਾ ਤੂੰ? ਕਿੰਨਾ? ਫੌਜੀ ਬਣਨਾ ਪੜ੍ਹ ਕੇ? ਅੱਬਾ ਫੌਜੀ ਆ, ਸਲਿਊਟ ਆ ਤਿੰਨ ਫੌਜੀ ਆ। ਤੈਨੂੰ ਕੀ ਹੋ ਗਿਆ ਪੁੱਤ? ਆਹ ਅੱਛਾ, ਮੈਂ ਡਿੱਗ ਗਿਆ ਸੀ ਜਦੋਂ ਮੋਟਰਸਾਈਕਲ ਤੋਂ। ਹਾਂ, ਤਾਂ ਮੈਂ ਡਿੱਗਣ ਲੱਗ ਗਿਆ, ਫਿਰ ਮੈਂ ਆੜੀ ਚੱਕ ਕੇ, ਫਿਰ ਮੈਂ ਜਮੀ ਬੈਠ ਗਿਆ, ਫਿਰ ਮੇਰਾ ਫੋੜੇ ਉੱਠ ਗਏ। ਅੱਛਾ, ਬੱਬੀ ਕਿਹੜੀ ਕਲਾਸ 'ਚ ਪੜ੍ਹਦਾ ਸੀ ਤੂੰ ਉਦੋਂ? ਮੈਂ ਚੌਥੀ 'ਚ ਸੀ। ਓਕੇ, ਉਹ ਮੰਮੀ ਆ ਤੇਰੀ? ਹਾਂ ਬਾਈ। ਭੈਣੇ ਸਤਿ ਸ਼੍ਰੀ ਅਕਾਲ, ਤੇਰਾ ਕੀ ਨਾਂ? ਪਰਮਜੀਤ। ਕਰਮਜੀਤ। ਹਾਂ ਪੁੱਤ, ਤੇਰਾ? ਗੱਗੇ। ਗੱਗੇ ਤੂੰ ਕੀ ਲੱਗਦੀ ਇਹਦੀ? ਭੈਣ ਆ ਇਹਦੀ। ਗੱਗੇ ਤੂੰ ਪੜ੍ਹਦੀ ਆ? ਪੜ੍ਹਦੇ ਹੁੰਦੇ ਸੀ। ਕਿਹੜੀ ਕਲਾਸ 'ਚ ਹਟ ਗਈ ਪੁੱਤ? ਓਹੋ, ਕਿੰਨੇ ਸਾਲ ਹੋ ਗਏ ਹੱਟੀ ਨੂੰ? ਦੋ ਸਾਲ ਹੋ ਗਏ ਤੈਨੂੰ ਗੱਗੇ ਹੱਟੀ ਨੂੰ, ਹੈਂ? ਗੱਗੇ ਤੇਰਾ ਪੂਰਾ ਨਾਂ ਕੀ ਕਾਗਜ਼ਾਂ 'ਚ? ਸਰਬਜੀਤ ਕੌਰ ਗੱਗੇ, ਹੈਂ? ਅਤੇ ਮੰਮੀ ਦਾ ਤੇਰੀ ਨਾਂ ਕਰਮਜੀਤ ਕੌਰ ਆ। ਅਤੇ ਕਰਮਜੀਤ, ਭੈਣੇ ਤੂੰ ਕੀ ਕੰਮ ਕਰਦੀ ਆ? ਮੰਜੇ ਤੇ ਪਈ ਆ ਤੂੰ ਵੀ? ਹੱਥ ਪੈਰ ਦਿਖਾਈ? ਅੱਛਾ, ਹੱਥ ਵਿੰਗੇ ਹੋ ਗਏ ਜਮਾ ਹੀ। ਤੂੰ ਕਿੰਨਾ ਪੜ੍ਹੀ ਆ ਕਰਮਜੀਤ? ਅਨਪੜ੍ਹ ਆ। ਪੇਕੇ ਕਿੱਥੇ ਤੇਰੇ? ਖੜਕ ਸਿਉਂ ਵਾਲੇ। ਤੇ ਸਹੁਰੇ? ਚੋ। ਠੀਕ ਆ। ਤੇ ਗੱਗੇ, ਜ਼ਿਲ੍ਹਾ ਕਿਹੜਾ ਪਿੰਡ ਆ ਤੁਹਾਡਾ? ਰਾਮਪੁਰਾ ਫੂਲ, ਬਠਿੰਡਾ ਜ਼ਿਲ੍ਹਾ ਪੈਂਦਾ, ਹੈ ਨਾ? ਠੀਕ ਆ ਬਾਈ, ਤੁਸੀਂ ਲੈ ਕੇ ਆਏ ਉਹਨਾਂ ਨੂੰ? ਤੁਹਾਡੇ ਕੀ ਲੱਗਦੇ ਨੇ? ਇਹ ਸਾਡੇ ਜੀ ਵਿਹੜੇ 'ਚ ਹੀ ਆ, ਸਾਡੀ ਐਨ ਜੀ ਓ ਚੱਲਦੀ ਸੀਗੀ ਸੰਤ ਤਰ ਸਿੰਘ ਜੀ, ਸਰਬੱਤ ਦਾ ਭਲਾ ਜੀ। ਹਰ ਮਹੀਨੇ ਇਹਨਾਂ ਨੂੰ ਰਾਸ਼ਨ ਦਿੰਦੇ ਹੁੰਦੇ ਸੀ। ਅੱਛਾ ਜੀ। ਇਹਨਾਂ ਦਾ 10 ਸਾਲ ਹੋ ਗਏ ਜੀ ਡੈਡੀ ਗੁਜ਼ਰ ਗਿਆ ਸੀਗਾ, 5 ਸਾਲ ਹੋ ਗਏ ਜਿਹਦਾ ਸਹਾਰਾ ਸੀ ਦਾਦਾ ਜੀ ਗੁਜ਼ਰ ਗਏ ਸੀਗੇ। ਅੱਛਾ। ਉਹ ਮਾਤਾ ਨੂੰ ਗਠੀਆ ਸੀਗਾ ਜੀ। ਦਾਦੀ ਇਹਨਾਂ ਦੀ? ਦਾਦੀ ਹੈ ਨੀ ਇਹਨਾਂ ਦੀ। ਅੱਛਾ। ਇਹ ਨਾਨੀ ਆ ਤੇ ਆ ਮਾਮਾ ਖੜਾ ਪਿੱਛੇ, ਹੈਂਡੀਕੈਪਟ ਨੇ ਇੱਧਰ ਆ ਵੀ ਪਿੱਛੇ। ਆ ਨਾਨੀ ਆ ਜੀ ਬੱਚੇ ਦੀ। ਅੱਛਾ, ਇਹ ਨਾਨੀ ਆ। ਤੁਸੀਂ ਇੱਧਰ ਹੋ ਜਾਓ ਸਰ, ਤੁਸੀਂ ਇੱਧਰ ਆ ਜਾਓਗੇ, ਹੈ ਇੱਧਰ ਆ ਜਾਓ।
ਅੱਛਾ ਇਹ ਨਾਨੀ ਆ, ਇਹ ਨਾਨੀ ਆ ਜੀ, ਇਹ ਮਾਮਾ ਹੈਂਡੀਕੈਪਟ ਇਹਨਾਂ ਦੇ ਪਰਿਵਾਰ ਦੇ। ਤੈਨੂੰ ਪੋਲੀਆ ਆ ਵੀਰੇ? ਹਾਂਜੀ। ਇਹਨਾਂ ਦੇ ਪਰਿਵਾਰ ਚ? ਇਹਨਾਂ ਦੇ ਪਰਿਵਾਰ ਚ ਜਿੰਨੇ ਹੈਗੇ ਆ ਭਰਾ ਜੀ, ਇਹ ਹੈਂਡੀਕੈਪਟ ਹੀ ਨਹੀਂ, ਦੂਜਾ ਇੱਕ ਮੁੰਡਾ ਹੋਰ ਹੈ ਜੀ, ਉਹ ਵੀ ਹੈਂਡੀਕੈਪਟ। ਅੱਛਾ, ਉਹਦੀ ਇੱਕ ਦਾਤ ਆ ਜੀ। ਮਾਂ ਕਿੰਨੇ ਬੱਚੇ ਤੇਰੇ? ਤਿੰਨ ਗੁੱਡੀਆਂ ਜੀ। ਹਾਂ, ਤੇ ਦੋ ਕਾਕੇ ਸੀ। ਦੋ ਕਾਕੇ, ਦੋਨੇ ਕਾਕਿਆਂ ਨੂੰ? ਹਾਂ, ਦੋਨੇ ਅਪਾਹਜ ਨੇ। ਕੁੜੀਆਂ ਦੂਜੀਆਂ? ਕੁੜੀਆਂ ਦੂਜੀਆਂ ਤਾਂ ਸੌਖ ਨਾ ਜੀ, ਆਹੀ ਔਖੀ ਆਹੀ ਔਖੀ ਆ। ਚੁੱਪ ਕਰਾਂ, ਕੋਈ ਨਾ ਮਾਂ, ਕੋਈ ਨਾ। ਤੇਰਾ ਪਿੰਡ ਹੈਗਾ ਖੜਕ ਸਿੰਘ? ਠੀਕ ਆ। ਤੇ ਮਾਂ, ਜਿਹੜੀ ਗਠੀਏ ਦੀ ਪ੍ਰੋਬਲਮ ਆਈ ਹੈ ਕਰਮਜੀਤ ਨੂੰ, ਇਹ ਪਹਿਲਾਂ ਖੂਨ 'ਚ ਸੀਗੀ ਕਿਸੇ ਨੂੰ ਤੁਹਾਨੂੰ? ਸਾਨੂੰ ਤਾਂ ਹੈ ਨਹੀਂ ਸੀ ਪੱਤੇ, ਅਸੀਂ ਇਸੇ ਵਿੱਚ ਹੋਈ ਆ। ਇਹਦੇ ਗਾਂ ਬੱਚੇ ਕਿੰਨੇ? ਦੋ। ਦੋ ਹੈ। ਦੋ ਬੱਚੇ ਆ। ਕੋਈ ਨਾ, ਤੇਰਾ ਕੀ ਨਾਮ ਆ? ਗੁਰਮੇਲ ਕੌਰ ਜੀ ਮੇਰਾ। ਗੁਰਮੇਲ ਕੌਰ, ਕੋਈ ਨਾ ਮਾਂ, ਰੋ ਨਾ ਪਹਿਲਾਂ ਤਾਂ, ਹੈਂ, ਵਾਹਿਗੁਰੂ ਕਿਰਪਾ। ਕਿੰਨਾ ਦੁੱਖ ਪਤਾ? ਨਹੀਂ ਦੇਖ ਹੁੰਦਾ ਮੈਨੂੰ ਪਤਾ ਮਾਂ, ਬਾਕੀ ਸਾਰਾ ਕੁਝ ਸਹਿ ਲੈਂਦੀ ਹੈ। ਧੀ ਦਾ ਦੁੱਖ ਸਹਿਣਾ ਬਹੁਤ ਔਖਾ ਮਾਂ, ਮੈਂ ਸਮਝਦਾ ਤੇਰੀ ਤਕਲੀਫ ਨੂੰ। ਤੇ ਕੁਛ ਚਾਹ ਕੇ ਵੀ ਨਹੀਂ ਕਰ ਸਕਦੇ, ਗੱਲ ਤਾਂ ਕੀ ਹੈ ਨਾ, ਜਦੋਂ ਹੱਥ ਪੱਲਾ ਵੀ ਨਾ ਵੱਜੇ ਬੰਦੇ ਤੋਂ, ਫਿਰ ਹੋਰ ਦੁਖੀ ਹੁੰਦਾ। ਬਹੁਤ ਦੁਖੀ, ਅਜੋ ਆਕੜੀ ਕਰਕੇ ਦਿੰਦੀ ਹੈ ਤੇ ਠੰਡਾ ਦੋਨ ਮਾਂ ਪੁੱਤਾਂ ਨੂੰ ਸਾਂਭ। ਗੱਗੇ ਸਾਂਭਦੀ ਹੈ। ਇਹ ਕਿੰਨੇ ਸਾਲਾਂ ਦੀ ਹੈ ਗੱਗੇ? 14 ਸਾਲਾਂ ਦੀ ਹੋ ਗਈ ਪੁੱਤ। ਤੇ ਪੰਜਵੀਂ ਚੋਂ ਹਟ ਗਈ ਸੀ, ਹੈ? ਕਿੰਨੇ ਸਾਲ ਹੋ ਗਏ ਪੁੱਤ ਹੱਟੀ ਨੂੰ? 2 ਸਾਲ ਹੱਟੀ ਨੂੰ ਹੋ ਗਏ। ਹੁਣ ਤੂੰ 8ਵੀਂ 'ਚ ਹੋਣਾ ਸੀ, ਹੈ ਨਾ? ਤੇਰੇ ਨਾਲ ਦੀ 8ਵੀਂ 'ਚ ਹੋ ਗਈ, ਹੈ ਨਾ? ਤੇ ਇਹ ਕਿੰਨਵੀਂ 'ਚ ਸੀਗਾ? ਇਹਨੂੰ ਕਿੰਨਾ ਟਾਈਮ ਹੋ ਗਿਆ ਹਟੇ ਨੂੰ ਪੁੱਤ? ਤੇਰੇ ਨਾਲ ਹੀ ਹਟ ਗਿਆ ਜੀ 2 ਸਾਲ ਤੋਂ। ਹਟੇ ਕਾਹਤੋਂ ਪੁੱਤ ਤੁਸੀਂ? ਖਾਲਸਾ ਜੀ ਤੁਹਾਡਾ ਕੀ ਨਾਮ? ਮੇਰਾ ਨਾਮ ਹੈਪੀ ਸਿੰਘ ਜੀ। ਹੈਪੀ ਸਿੰਘ, ਖਾਲਸਾ ਜੀ ਤੁਹਾਡੀ ਸਰਬੱਤ ਦਾ ਸੰਸਥਾ ਹੈ? ਠੀਕ ਹੈ, ਬਾਬਾ ਅਤਰ ਸਿੰਘ ਜੀ ਦੇ ਨਾਮ 'ਤੇ। ਠੀਕ ਹੈ, ਅਤੇ ਜਿਹੜਾ ਇਹ ਮਾਤਾ ਦਾ ਕਰਮਜੀਤ ਭੈਣ ਦਾ ਲੱਤ ਦਾ ਆਪਰੇਸ਼ਨ ਹੋਇਆ, ਉਦੋਂ ਕੀ ਹੋਇਆ? ਇਹ ਇਹਨਾਂ ਨੂੰ ਗਠੀਏ ਦੀ ਬਿਮਾਰੀ ਸੀਗੀ ਜਦੋਂ, ਇਹ ਲਿਆਉਣਾ ਤਾਂ ਬੱਚੇ ਨੂੰ ਸੀ ਤੁਹਾਡੇ ਕੋਲ, ਅਸੀਂ ਇਹਨਾਂ ਤਿਆਰੀਆਂ ਚੱਲ ਰਹੀਆਂ ਸੀ ਲਿਆਉਣ ਦੀਆਂ। ਅਚਾਨਕ ਹੀ ਉਹ ਜਦੋਂ ਉੱਠ ਕੇ ਬਾਥਰੂਮ ਕਰਨ ਲੱਗੇ, ਹੱਥ ਵੀ ਡਿੱਗ ਕੇ ਗੋਡਾ ਟੁੱਟ ਗਿਆ। ਕਿੰਨਾ ਟਾਈਮ ਪਹਿਲਾਂ? ਇਹ ਤਾਂ ਸਾਰੀ ਹਜੇ 7-8 ਦਿਨਾਂ ਦੀ ਗੱਲ ਹੀ, 10 ਦਿਨ ਹੋ ਗਏ ਇਹਨਾਂ ਨਾਲ ਟ੍ਰੀਟਮੈਂਟ ਸਾਡਾ ਚੱਲੀ ਜਾਂਦਾ ਗੋਡਾ ਟੁੱਟੇ ਨੂੰ। ਆ ਪਰਸੋਂ ਟਾਂਕੇ ਕਟਾਇਆ ਚੌਥੇ। ਅੱਛਾ, ਹਾਂਜੀ, ਆਪਰੇਸ਼ਨ ਕਰਮਜੀਤ ਦੇ। ਹਾਂਜੀ, ਤੇ ਘਰ ਦੇ ਵਿੱਚ ਨਾ ਤਾਂ ਲੈਟਰਿੰਗ ਆ, ਜਦੋਂ ਲੈਟਰਿੰਗ ਕਰਦੇ ਆ ਆ ਗੁੜੀਆ ਚੱਕ ਕੇ ਸਿਰ 'ਤੇ ਬਾਹਰ ਸੁੱਟ ਕੇ ਹੁੰਦੀ ਆ, ਅਤੇ ਘਰ ਐਂ ਨਹੀਂ ਪਤਾ ਵੀ ਇਹਨਾਂ ਨੂੰ ਕਦੋਂ ਦੱਬ ਲਏ ਪਿਆ। ਘਰੇ ਕੋਈ ਵੀ ਨਹੀਂ, ਵੀਰਾ ਕਹਿੰਦਾ ਜੀ ਵੀ ਲਾਵਾਰਸ ਨੂੰ ਸਾਂਭਦੇ ਆਪਾਂ, ਇਹ ਲਾਵਾਰਸ ਹੀ ਆ ਜੀ। ਹੁਣ ਮਾਮਾ ਜੀ ਨੇ, ਉਹ ਹੈਂਡੀਕੈਪਟ ਨੇ, ਮਾਤਾ ਜੀ ਬਜ਼ੁਰਗ ਨੇ, ਜੇ ਆਉਂਦੀ ਵੀ ਹੋਈ ਤਾਂ ਪੈਨਸ਼ਨ ਆਉਂਦੀ ਹੋਈ ਇਹਨਾਂ ਦੀ, ਪੈਨਸ਼ਨ ਨਾਲ ਇਹ ਆਪਦਾ ਗੁਜ਼ਾਰਾ ਕਰਨ ਜਾਂ ਵੀ ਇਹਨਾਂ ਦਾ ਗੁਜ਼ਾਰਾ ਕਰਨ। ਉਦੋਂ ਚਲੋ ਸਾਡੇ ਵਿੱਚ ਸੇਵਾਦਾਰ ਹੈਗੇ ਨੇ, ਸਾਨੂੰ ਮਹੀਨੇ ਤੋਂ ਰਾਸ਼ਨ ਦੀ ਸੇਵਾ ਦੇ ਦਿੰਦੇ, ਅਸੀਂ ਇਹਨਾਂ ਨੂੰ ਦੇ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਠੰਡ ਬਹੁਤ ਜ਼ਿਆਦਾ ਅੱਜ, ਬੇਅੰਤ ਠੰਡ ਆ, ਹੱਥ ਪੈਰ ਠਰੀ ਜਾਂਦੇ ਆ। ਜਨਵਰੀ 2024 ਦਾ ਇਹ ਦਿਨ ਆ, ਚੌਂ ਪਿੰਡ ਆ, ਰਾਮਪੁਰਾ ਫੂਲ ਦੇ ਕੋਲ, ਬਠਿੰਡੇ ਜ਼ਿਲ੍ਹੇ ਦਾ ਪਿੰਡ ਆ। ਉੱਥੋਂ ਆਹ ਮਾਲ ਢੋਣ ਵਾਲੀ ਗੱਡੀ ਆ ਜਿਹੜੀ ਨਾ,
ਇਹਦੇ ਵਿੱਚ ਇੱਕ ਦੁੱਖਾਂ ਦੇ ਮਾਰੇ ਹੋਏ ਦੁਖੀ ਪਰਿਵਾਰ ਨੂੰ, ਵਕਤ ਦੇ ਮਾਰੇ ਹੋਏ ਦੁਖੀ ਮਾਂ ਅਤੇ ਉਹਦੇ ਦੋ ਬੱਚਿਆਂ ਨੂੰ ਲੈ ਕੇ ਪਹੁੰਚਿਆ ਗੁਰੂ ਦੇ ਖਾਲਸੇ ਸਿੰਘ ਸਰਦਾਰ ਹੈਪੀ ਸਿੰਘ। ਹੈਪੀ ਸਿੰਘ ਵਰਗੇ ਲੋਕ ਪਿੰਡਾਂ ਦੇ ਵਿੱਚ ਆਪਣੀ ਹੋਂਦ ਲਈ ਵੀ ਲੜਾਈ ਲੜ ਰਹੇ ਨੇ, ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਵੀ ਮਜ਼ਦੂਰੀਆਂ ਕਰਦੇ ਨੇ, ਅਤੇ ਜੀਬਾਂ ਦੇ ਵਿੱਚ ਕੁਛ ਵੀ ਨਾ ਹੁੰਦਿਆਂ ਮੂਹਰੇ ਹੋ ਕੇ ਉਹਨਾਂ ਦੀ ਬਾਂਹ ਵੀ ਫੜਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਦੁੱਖਾਂ ਨੇ ਡੇਰੇ ਲਾਏ ਹੋਏ, ਤਕਲੀਫਾਂ ਨੇ ਘੇਰੇ ਪਾਏ ਹੋਏ ਆ। ਅੱਜ ਉਸੇ ਤਰ੍ਹਾਂ ਦੀ ਇੱਕ ਪਰਿਵਾਰ ਆ ਜਿਹੜੀਆਂ ਤੁਸੀਂ ਹੁਣ ਗੱਲਾਂ ਸੁਣੀਆਂ। ਸਰਬਜੀਤ ਕੌਰ ਗੱਗੇ ਪੰਜਵੀਂ ਕਲਾਸ ਦੀ ਵਿਦਿਆਰਥਣ, 2 ਸਾਲ ਹੋ ਗਏ ਆਪਣੀ ਮੰਮੀ ਦੀ ਲੈਟਰਿਨ ਸਿਰ 'ਤੇ ਚੱਕ ਕੇ ਬਾਹਰ ਸਿੱਟ ਕੇ ਆਉਂਦੀ ਆ। ਸਾਡੇ ਭਾਰਤ ਦੇ ਵਿੱਚ ਜੇ ਗੱਲ ਕਰੀਏ ਸ਼ੌਚਾਲਿਆ ਸਰਕਾਰਾਂ ਫ੍ਰੀ ਬਣਾ ਰਹੀ ਆ, ਸਵੱਛ ਭਾਰਤ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਘਰ 'ਚ ਉਹ ਵੀ ਹੈ ਨਹੀਂ। ਫਿਰ ਬੇਟੀ ਪੜ੍ਹਾਓ ਬੇਟੀ ਬਚਾਓ ਦੀ ਗੱਲ ਕਰਦੇ ਆ, ਇਸ ਘਰ 'ਚ ਉਹ ਵੀ ਨਾਰਾ ਕਿਤੇ ਕੰਮ ਨਹੀਂ ਆਇਆ। ਫਿਰ ਬੱਚੇ ਦੇਸ਼ ਦਾ ਭਵਿੱਖ ਹੁੰਦੇ ਆ, ਬਚਪਨ ਬਚਾਓ ਬਚਪਨ ਪੜ੍ਹਾਓ। ਮਾਂ ਦਾ ਪੁੱਤ ਘਰ ਬੈਠਾ 2 ਸਾਲ ਹੋ ਗਏ, ਉਹ ਵੀ ਕੋਈ ਬਾਂਹ ਫੜਨ ਵਾਲਾ। ਫਿਰ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ, 2024 ਚੜ੍ਹ ਗਿਆ ਅੱਜ, ਆਹ ਵੋਟਾਂ ਦਾ ਸਾਲ ਆ। ਹੁਣ ਤੁਸੀਂ 1 ਸਾਲ ਬੇਹੋਸ਼ ਹੀ ਰਹਿਣਾ ਸਾਰਿਆਂ ਨੇ ਜਦ ਤੱਕ ਰਿਜ਼ਲਟ ਨਹੀਂ ਆਉਂਦਾ, ਤੁਹਾਨੂੰ ਹੋਸ਼ ਆਉਣ ਹੀ ਨਹੀਂ ਦੇਣੀ। ਹਰ ਰੋਜ਼ 1 ਨਵਾਂ ਟੀਕਾ ਲਾ ਦਿੰਦੇ ਆ ਵੋਟਾਂ ਦਾ, ਕੋਈ ਹਰ ਰੋਜ਼ ਕੋਈ ਨਵਾਂ ਟੋਟਕਾ ਖਬਰਾਂ 'ਚ ਚੱਲਦਾ। ਖਬਰਾਂ ਦੇ ਵਿੱਚ ਉਹੀ ਚਾਹੁੰਦੇ ਨੇ, ਉਹ ਜੋ ਦੱਸਣਾ ਚਾਹੁੰਦੇ ਨੇ, ਜੋ ਦੱਸ ਕਹਿਣਾ ਚਾਹੁੰਦੇ ਨੇ, ਜੋ ਸੁਣਾਉਣਾ ਚਾਹੁੰਦੇ ਆ ਸਾਨੂੰ ਉਹ ਸੁਣਾਈ ਜਾਂਦੇ, ਅਤੇ ਅਸੀਂ ਵੀ ਉਹੀ ਸੁਣੀ ਜਾਂਦੇ। ਅਤੇ ਅਸੀਂ ਬੇਹੋਸ਼ੀ ਦੇ ਵਿੱਚ ਹੀ ਵੋਟਾਂ ਪਾ ਆਉਣੀਆਂ, ਜਾ ਕੇ ਅਸੀਂ ਨਹੀਂ ਦੇਖਣਾ ਵੀ ਸਾਨੂੰ ਸਿਹਤ ਅਤੇ ਸਿੱਖਿਆ ਦੋ ਜਿਹੜੇ ਸਾਡੇ ਮੋਰਲ ਇਸ਼ੂ ਨੇ, ਸਭ ਤੋਂ ਜ਼ਰੂਰੀ ਅੰਗ ਨੇ ਸਾਡੇ ਸਮਾਜ, ਸਭ ਤੋਂ ਜ਼ਰੂਰੀ ਅੱਜ ਦੇ ਸਮੇਂ ਦੀਆਂ ਜ਼ਰੂਰਤਾਂ ਨੇ, ਜਿਹਦੇ ਕਰਕੇ ਬਹੁਤ ਸਾਰੇ ਲੋਕ ਤੜਫ ਰਹੇ ਨੇ, ਮਰ ਰਹੇ ਨੇ, ਆਪਣੀਆਂ ਵਫਾਦਾਰੀਆਂ, ਆਪਣੀਆਂ ਜ਼ਮੀਰਾਂ, ਆਪਣੀਆਂ ਇੱਜ਼ਤਾਂ, ਆਪਣੀਆਂ ਮਤਲਬ ਜਿਹੜੀ ਚੀਜ਼ ਲਈ ਅਸੀਂ ਜਾਣੇ ਜਾਂਦੇ ਸੀ ਪੰਜਾਬੀ, ਵੀ ਕਿਸੇ ਮੂਹਰੇ ਹੱਥ ਨਹੀਂ ਸੀ ਅੱਡਦੇ, ਅੱਜ ਸਾਨੂੰ ਮਜਬੂਰ ਕਰਕੇ ਰੱਖਤਾ ਵੀ ਅਸੀਂ ਆਪਦੇ ਬੱਚਿਆਂ ਦਾ ਆਪਦਾ ਇਲਾਜ ਵੀ ਨਹੀਂ ਕਰਾ ਪਾ ਰਹੇ। ਪੜ੍ਹਾਈ ਮਾਫ ਕਰਤੀ ਆ, 8ਵੀਂ 9ਵੀਂ ਤੱਕ ਦੀ ਫ੍ਰੀ ਕਰਤੀ ਆ, ਪਰ ਉੱਥੇ ਹਾਲਾਤ ਇੱਦਾਂ ਦੇ ਸਕੂਲਾਂ ਦੇ ਵਿੱਚ ਬਣੇ ਹੋਏ ਨੇ ਵੀ ਉੱਥੇ ਬੱਚਾ ਜਾ ਕੇ ਨਹੀਂ ਖੜਦਾ, ਅਤੇ ਜੇ ਕੋਈ ਬੱਚਾ ਸਕੂਲ ਛੱਡ ਦਿੰਦਾ ਵਾ ਉਹਦੇ ਟੀਚਰਾਂ ਨੂੰ ਪਤਾ ਵੀ ਲੱਗ ਜਾਂਦਾ ਵੀ ਉਹ ਬੱਚੀ ਕਿਉਂ ਨਹੀਂ ਆ ਰਹੀ, ਉਹ ਬੱਚਾ ਕਿਉਂ ਨਹੀਂ ਆ ਰਿਹਾ, ਫਿਰ ਵੀ ਉਹਨਾਂ ਵਾਸਤੇ ਕੋਈ ਉੱਤਾ ਨਹੀਂ ਬਚਿਆ ਜਾਂਦਾ, ਫਿਰ ਵੀ ਕੋਈ ਸਿਸਟਮ ਕੰਮ ਨਹੀਂ ਕਰਦਾ, ਫਿਰ ਵੀ ਕੋਈ ਸਰਕਾਰੀ ਤੰਤਰ ਕੰਮ ਨਹੀਂ ਕਰਦਾ, ਫਿਰ ਸਿਸਟਮ ਸਾਡਾ ਗਿਆ ਕਿੱਥੇ ਆ। ਫਿਰ ਅਸੀਂ ਆਜ਼ਾਦ ਭਾਰਤ ਦੀ ਗੱਲ ਕਰਕੇ ਕਿਵੇਂ ਤਾੜੀਆਂ ਮਾਰੀਏ, ਕਿਵੇਂ ਥਾਲੀਆਂ ਖੜਕਾਈਏ ਵੀ ਜੇ ਸਾਡੇ ਸਮਾਜ ਦੀ ਅੱਜ ਆਹ ਹਾਲਤ ਆ। ਫਿਰ ਕਿਵੇਂ ਅਸੀਂ ਗੱਲ ਕਰੀਏ ਬਦਲਾਵ ਦੀ,
ਜੇ 75 ਸਾਲਾਂ 'ਚ ਇੱਕ ਆਹ ਚੀਜ਼ ਵੀ ਨਹੀਂ ਬਦਲ ਸਕੀ ਵੀ ਸਾਡਾ ਇਲਾਜ ਹੀ ਮੁਫਤ ਹੋ ਜਾਵੇ। ਬਾਈ ਹੁਣੀ ਦੱਸਦੇ ਆ ਕਾਰਡ ਬਣਿਆ ਹੋਇਆ ਕਰਮਜੀਤ ਕੌਰ ਦਾ, ਗੋਡਾ ਟੁੱਟ ਗਿਆ, ਗਠੀਏ ਦੀ ਸ਼ਿਕਾਰ ਆ, ਇੰਨੀ ਨਾਜੁਕ ਆ ਹੱਡੀਆਂ ਦੀ ਪੰਡ ਉਹਦੀ ਵਿਚਾਰੀ ਦੀ, ਮਾੜਾ ਜਿਹਾ ਟੇਢਾ ਹੋਇਆ ਗੋਡਾ ਕੜਕ ਦੇ ਕੇ ਟੁੱਟ ਗਿਆ। ਡਾਕਟਰਾਂ ਕੋਲ ਚਲੇ ਗਏ ਸਰਕਾਰੀ ਹਸਪਤਾਲ 'ਚ, ਬੇਹੋਸ਼ੀ ਵਾਲਾ ਡਾਕਟਰ ਹੀ ਨਹੀਂ ਮਿਲਿਆ। 8 ਦਿਨਾਂ ਦੀ ਛੁੱਟੀ 'ਤੇ ਆ ਜੀ, ਕਹਿੰਦੇ 8 ਦਿਨ ਹੁਣ ਉਹ ਬੰਦੇ ਕਿੱਥੇ ਜਾਣ ਜਿਨ੍ਹਾਂ ਦੇ ਓਪਰੇਸ਼ਨ ਹੋਣੇ ਆ। ਫਿਰ ਪ੍ਰਾਈਵੇਟ 'ਚ ਚਲੇ ਗਏ, ਕਾਰਡ ਚਲਾਉਣ ਦੇ ਬਾਵਜੂਦ ਵੀ ਉਹ ਕਾਰਡ ਜਿਹਦੇ ਤੋਂ ਮੁਫਤ ਇਲਾਜ ਦੀ ਗੱਲ ਕਰਦੇ ਸਾਡੇ ਸਿਸਟਮ ਨੂੰ ਚਲਾਉਣ ਵਾਲੇ ਲੋਕ, ਬਾਵਜੂਦ ਵੀ 15-16 ਹਜ਼ਾਰ ਰੁਪਈਆ ਮੰਗ ਕੇ ਇਕੱਠਾ ਕਰਕੇ ਲਾ ਤਾ ਉੱਤੇ, ਅਤੇ ਹਲੇ ਵੀ ਇਲਾਜ ਅਧੂਰਾ ਪੂਰਾ ਨਹੀਂ ਹੋਇਆ। ਅਤੇ ਆ ਬੱਚਾ ਬੈਠਾ ਮੂਹਰੇ ਮਾਂ ਦਾ, ਇਕਲੌਤਾ ਪੁੱਤ ਬਬੀ ਸਿੰਘ, ਬਬੀ ਦੇ ਪੈਰਾਂ 'ਤੇ ਦੇਖੋ ਕਿਵੇਂ ਫੈਂਸੀਆਂ ਫੋੜੇ ਹੋਏ ਹੋਏ ਆ, ਪੂਰਾ ਸਰੀਰ ਆ ਜਿਹੜਾ ਗਲਿਆ ਪਿਆ, ਖੜਾ ਖੜਾ ਹੀ ਡਿੱਗ ਪੈਂਦਾ ਸੀ, ਉੱਠਣੋਂ ਰਹਿ ਗਿਆ, ਬਹਿ ਗਿਆ ਮੰਜੇ 'ਤੇ, 2 ਸਾਲ ਤੋਂ ਉੱਪਰ ਹੋ ਗਿਆ ਬੈਠੇ ਨੂੰ, ਸਕੂਲੋਂ ਜਾਣੋਂ ਹਟ ਗਿਆ, ਹੁਣ ਹਜ਼ਾਰਾਂ ਦੇ ਟੈਸਟ ਆ ਜਿਹੜੇ, ਲੱਖਾਂ ਦਾ ਇਲਾਜ ਤਾਂ ਬਾਅਦ 'ਚ ਹੋਊ, ਹਜ਼ਾਰਾਂ ਦੇ ਟੈਸਟ ਕਰਾਉਣ ਲਈ ਵੀ ਪੈਸੇ ਨਹੀਂ, ਵੀ ਪੁੱਤ ਦੀ ਬਿਮਾਰੀ ਵੀ ਪਤਾ ਲੱਗ ਜਾਵੇ ਵੀ ਬਿਮਾਰੀ ਹੈ ਕੀ ਆ। ਪੁੱਤ ਦੇ ਵਾਸਤੇ ਕਿਰਾਇਆ ਲਾ ਕੇ ਬੱਸ ਦੇ ਵਿੱਚ ਜਾਂ ਕਿਤੇ ਹਸਪਤਾਲ ਲੈ ਕੇ ਜਾਣ ਲਈ ਵੀ ਹਿੰਮਤ ਨਹੀਂ ਵੀ ਮਾਂ ਉਹਨਾਂ ਨੂੰ ਲਿਜਾ ਸਕੇ, ਉਹਦੇ ਸਰੀਰ 'ਚ ਇੰਨੀ ਜਾਨ ਨਹੀਂ, ਗਠੀਏ ਨੇ ਉਹਦੀ ਇੰਨੀ ਬੁਰੀ ਹਾਲਤ ਕੀਤੀ, ਹੱਥ ਉਹਦੇ ਵਿੰਗੇ ਹੋਏ ਪਏ ਆ, ਅਤੇ ਮਾੜਾ ਜਿਹਾ ਤੁਰ ਕੇ ਡਿੱਗੀ ਅਤੇ ਗੋਡਾ ਟੁੱਟ ਗਿਆ, ਇੰਨੀ ਵੀ ਜਾਨ ਨਹੀਂ ਸਰੀਰ 'ਚ, ਨਾ ਨਾਨਕਿਆਂ 'ਚ ਅਤੇ ਨਾ ਦਾਦਕਿਆਂ 'ਚ ਕੋਈ ਇੰਨੀ ਹਿੰਮਤ ਆ ਵੀ ਉਹਦੀ ਉੱਠ ਕੇ ਬਾਂਹ ਫੜ ਲਵੇ। ਦੋ ਭਰਾ ਵਾ, ਦੋਨੇ ਅਪਾਹਜ ਨੇ ਜਨਮ ਤੋਂ, 3 ਭੈਣਾਂ ਵਾ ਇਹ, 2 ਵਿਆਹੀਆਂ ਹੋਈਆਂ, ਉਹ ਆਪਦੇ ਘਰੇ ਮਜ਼ਦੂਰੀ ਕਰਕੇ ਰੋਟੀ ਮਸਾ ਖਾਂਦੇ ਆ। ਅਤੇ ਫਿਰ ਪਰਿਵਾਰ ਦੇ ਵਿੱਚ ਦਿਓਰ ਜੇਠ ਕੋਈ ਹੋਰ ਬਾਂਹ ਫੜਨ ਵਾਲਾ ਨਹੀਂ ਹੈਗਾ ਜਿਹੜਾ ਇੰਨੇ ਯੋਗ ਹੋਵੇ ਜਿਹੜਾ ਇਹਨਾਂ ਦੀ ਬਾਂਹ ਫੜ ਲਵੇ। ਧੰਨਵਾਦ ਆ ਹੈਪੀ ਸਿੰਘ ਦਾ, ਧੰਨਵਾਦ ਆ ਬਾਬਾ ਅਤਰ ਸਿੰਘ ਜੀ ਸੇਵਾ ਸੁਸਾਇਟੀ ਦਾ, ਧੰਨਵਾਦ ਆ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦਾ, ਉਹਨਾਂ ਵੀਰਾਂ ਦਾ, ਫੌਜੀ ਵੀਰਾਂ ਦਾ ਜਿਨ੍ਹਾਂ ਨੇ ਆ 15-16 ਹਜ਼ਾਰ ਰੁਪਈਆ ਇਕੱਠਾ ਕਰਕੇ ਕਰਮਜੀਤ ਕੌਰ ਦੇ ਗੋਡੇ ਦਾ ਆਪਰੇਸ਼ਨ ਕਰਾ ਤਾ। 2-3 ਸਾਲ ਤੋਂ ਗੱਗੇ ਘਰੇ ਬੈਠੀ ਆਪਣੀ ਮਾਂ ਦੀ ਲੈਟਰੀਨ ਬਾਥਰੂਮ ਚੱਕ ਰਹੀ ਹੈ, ਮਲ ਮੂਤਰ ਚੱਕ ਰਹੀ ਹੈ ਆਪਦੇ ਸਿਰ 'ਤੇ। ਗੱਗੇ ਦੀ ਜੇ ਪੜ੍ਹਾਈ ਚੱਲਦੀ ਰਹਿੰਦੀ ਅੱਜ 8ਵੀਂ ਕਲਾਸ ਦੇ ਵਿੱਚ ਵਿਦਿਆਰਥਣੇ ਹੁੰਦੀ, ਪੜ੍ਹਦੀ ਹੁੰਦੀ, 4ਥੀ ਕਲਾਸ 'ਚ ਬਬੀ ਪੜ੍ਹਦਾ ਸੀ, ਅੱਜ ਇਹ ਵੀ 6ਵੀਂ 7ਵੀਂ 'ਚ ਹੁੰਦਾ, ਫੌਜੀ ਬਣਨਾ ਚਾਹੁੰਦਾ, ਸੁਪਨਾ ਹੀ ਬਣ ਕੇ ਰਹਿ ਗਿਆ ਇਹਦਾ, ਸਭ ਫੌਜੀ ਬਣਨਾ ਤਾਂ, ਦੇਸ਼ ਦੀ ਸੇਵਾ ਕਰਨੀ ਚਾਹੁੰਦਾ ਹੈ, ਕੋਈ ਇਹ ਨਹੀਂ ਕਹਿੰਦਾ ਮੈਂ MLA MP ਬਣਨਾ, ਇਹ ਨਹੀਂ ਕਹਿੰਦਾ ਵੀ ਮੈਂ ਕੋਈ ਬਹੁਤ ਵੱਡਾ ਅੰਪਾਇਰ ਖੜ੍ਹਾ ਕਰਨਾ, ਅੰਬਾਨੀ ਅੰਡਾਨੀ ਬਣਨਾ, ਤਾਂ ਦੇਸ਼ ਦੀ ਸੇਵਾ ਕਰਨ ਲਈ ਸੁਪਨਾ ਦੇਖਿਆ, ਉਹ ਵੀ ਟੁੱਟਣ ਵਾਲਾ ਕਰਤਾ। ਅਰਦਾਸ ਕਰਿਓ ਅੱਜ ਇਹ ਪਰਿਵਾਰ ਇੱਥੇ ਸਾਡੇ ਸੁਪਨਿਆਂ ਦੇ ਘਰ ਪਹੁੰਚਿਆ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ ਦੇ ਸੁਪਨੇ ਪੂਰੇ ਹੋਣ, ਇਹਨਾਂ ਦੇ ਬੱਚਿਆਂ ਦੇ ਸੁਪਨੇ ਪੂਰੇ ਹੋਣ। ਭੈਣ ਕਰਮਜੀਤ ਕੌਰ ਦੇ ਬੱਚਿਆਂ ਦੀ ਅਸੀਂ ਆਪਣੇ ਧੀਆਂ ਪੁੱਤਾਂ ਵਾਂਗ ਥੋੜ੍ਹੀ ਜਿਹੀ ਵੀ ਮਦਦ ਕਰ ਸਕੀਏ, ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ, ਭੈਣ ਕਰਮਜੀਤ ਕੌਰ ਦਾ ਇਲਾਜ ਹੋ ਸਕੇ,
ਉਹਦੇ ਬੇਟੇ ਨੂੰ ਤੁਰਨ ਫਿਰਨ ਜੋਗਾ ਮਹਾਰਾਜ ਸੱਚੇ ਪਾਤਸ਼ਾਹ ਕਰਨ ਬਵੀ ਨੂੰ, ਬਵੀ ਆਪਣੇ ਪੈਰਾਂ 'ਤੇ ਤੁਰ ਕੇ ਆਪਣੀ ਮਾਂ ਦਾ ਸਹਾਰਾ ਬਣੇ। ਸਰਬਜੀਤ ਕੌਰ ਗੱਗੇ ਪੜ੍ਹ ਲਿਖ ਕੇ ਆਪਣੀ ਮਾਂ ਦਾ ਸਹਾਰਾ ਬਣੇ, ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ। ਉਹ ਅੱਲਾ, ਉਹ ਰਾਮ, ਉਹ ਵਾਹਿਗੁਰੂ ਜੀ, ਉਹ ਭਗਵਾਨ ਕਿਰਪਾ ਕਰਨ, ਸਾਰੇ ਅਰਦਾਸ ਕਰਿਓ। ਜਨ ਕੀ ਅਰਦਾਸ ਵਿਰਥੀ ਨਾ ਜਾਏ, ਇਲਾਜ ਪੈਸਿਆਂ ਨਾਲ ਨਹੀਂ ਹੋਣਾ, ਇਲਾਜ ਤੁਹਾਡੀਆਂ ਦੁਆਵਾਂ ਅਤੇ ਅਰਦਾਸਾਂ ਅਤੇ ਅਸੀਸਾਂ ਨਾਲ ਹੋਣਾ। ਬਸ ਇਹ ਅਰਦਾਸ ਆ ਸਾਡੀ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਤੇ ਤੁਹਾਡੇ ਵੀ ਸਾਰੇ ਸੰਗਤ ਦੇ ਚਰਨਾਂ 'ਚ। ਪਹਿਲਾਂ ਕੋਈ ਰਿਪੋਰਟਾਂ 'ਚ ਡਾਕਟਰਾਂ ਨੇ ਦੱਸਿਆ ਕੋਈ ਬਿਮਾਰੀ ਕੀ ਹੈ, ਕਾਹਤੋਂ ਹੋਇਆ ਇੱਦਾਂ? ਕਿੰਨਾ ਟਾਈਮ ਹੋ ਗਿਆ? ਤੈਨੂੰ ਬੈਠੀ ਨੂੰ ਕਿੰਨਾ ਟਾਈਮ ਹੋ ਗਿਆ? ਪਹਿਲਾਂ ਗੁਹਾ ਬਿਮਾਰੀ ਹੁੰਦੀ ਨੂੰ ਆਈ ਜੀ ਮਿੰਟਾਂ। ਓਕੇ, ਫਿਰ ਵੀ ਕੰਮ ਕਰਦੀ ਸੀ, ਗੋਹਾ ਚੱਕਦੀ ਸੀ ਇਦਾਂ ਹੀ? ਹਾਂ, ਫਿਰ ਕੱਤਾ ਕੰਮ ਕਰਦੀ ਸੀ। ਠੀਕ ਆ, ਕਿੰਨੇ ਘਰਾਂ ਦਾ? ਗੋਲੀਆਂ ਖਾ ਕੇ ਕੰਮ ਕਰਦੀ ਹੁੰਦੀ ਸੀ। ਕਿੰਨੇ ਘਰਾਂ ਦਾ ਕੰਮ ਕਰਦੀ ਸੀ ਗੋਹੇ ਦਾ? ਇੱਕ ਦੋ ਘਰਾਂ ਦਾ ਕਰਦੀ। ਦੋ ਘਰਾਂ ਦਾ ਕਰਦੀ। ਘਰ ਵਾਲੇ ਦੀ ਮੌਤ ਕਿਵੇਂ ਹੋ ਗਈ ਸੀ ਤੇਰੇ ਦੀ? ਉਹ ਤਾਂ ਜੀ ਪਰਦਾ ਹੋ ਗਏ ਸੀ, ਉਹ ਤਾਂ ਨਾ ਪਹਿਲੇ ਤਾਂ ਫਾਕਰੀਆਂ ਦਾ ਆਪਰੇਸ਼ਨ ਕਰਾਇਆ ਸੀ ਤੇ ਫਿਰ ਡਾਕਟਰ ਕਹਿੰਦੇ ਵੀ ਪਾਤਰੀਆਂ ਤਾਂ ਹੈ ਨਹੀਂ ਸੀ, ਤੇ ਦੂਜਾ ਗਾ ਦੇਖੋ ਮੀਹਾ ਸਿੰਘ 10 ਸਾਲ ਪਹਿਲਾਂ ਚੜ੍ਹਾਈ ਕਰ ਗਿਆ, ਉਹਨੂੰ ਦੂਜਾ ਸੀ। ਸਾਡੇ ਪੰਜਾਬ ਦੇ ਵਿੱਚ ਸਾਡੀਆਂ ਭੈਣਾਂ ਇਹੋ ਜਿਹੀ ਨਾਮੁਰਾਦ ਬਿਮਾਰੀ ਦਾ ਨਾਂ ਵੀ ਲੈਣਾ ਪਸੰਦ ਨਹੀਂ ਕਰਦੇ, ਪਿੰਡਾਂ 'ਚ ਕੋਈ ਨਾਂ ਨਹੀਂ ਲੈਂਦਾ ਇਹਦਾ। ਇੱਦਾਂ ਹੀ ਕਹਿ ਕੇ ਇਹ ਦੂਜਾ ਹੋ ਗਿਆ, ਇਹ ਉਹ ਬਿਮਾਰੀ ਹੋ ਗਈ, ਨਾਂ ਨਹੀਂ ਲਈਦਾ ਜਿਹਦਾ। ਮਤਲਬ ਉਹ ਕੈਂਸਰ ਸਾਡੀਆਂ ਜੜ੍ਹਾਂ 'ਚ ਕਿੱਦਾਂ ਬਹਿੰਦਾ, ਕਿੱਦਾਂ ਇੱਕ ਪਰਿਵਾਰ ਦਾ ਇੱਕ ਜੀਅ ਚਲਿਆ ਗਿਆ, ਸਾਰਾ ਪਰਿਵਾਰ ਅੱਜ ਬੈਠਾ ਭੁਗਤ ਰਿਹਾ। ਮੀਆਂ ਸਿੰਘ 10 ਸਾਲ ਪਹਿਲਾਂ ਤੁਰ ਗਿਆ ਇਸ ਗੱਲ 'ਚ, ਪਹਿਲਾਂ ਪਤਾ ਹੀ ਨਹੀਂ ਲੱਗਿਆ, ਕਹਿੰਦੇ ਪੱਥਰੀ ਆ ਪੱਥਰੀ ਆ। ਡਾਕਟਰਾਂ ਨੇ ਪੈਸੇ ਲਿਆ ਕੇ ਪੱਥਰੀ ਦਾ ਆਪਰੇਸ਼ਨ ਕਰਨ ਲੱਗ ਗਏ। ਦੇਖੋ ਕਿੱਡੇ ਅਨਪੜ੍ਹ ਡਾਕਟਰ ਹੋਣਗੇ ਉਹ, ਜਿਨ੍ਹਾਂ ਨੂੰ ਇਹੀ ਨਹੀਂ ਪਤਾ ਲੱਗਿਆ ਵੀ ਕੈਂਸਰ ਆ ਕਿ ਪੱਥਰੀ ਆ। ਜਦੋਂ ਕੱਟ ਕੇ ਪੱਥਰੀ ਕੱਢਤੀ, ਬਾਅਦ 'ਚ ਕਹਿੰਦੇ ਕੈਂਸਰ ਆ ਜੀ ਇਹ ਤਾਂ। ਫਿਰ ਪਿੱਛੇ ਘਰ ਸੰਭਾਲਣ ਵਾਲਾ ਸੀਗਾ ਜੀ ਕੈਲਾ ਬਾਬਾ, ਅਤੇ ਕੈਲਾ ਬਾਬਾ ਬੱਚਿਆਂ ਦਾ ਦਾਦਾ, ਉਹ ਸਾਂਭਦਾ ਰਿਹਾ ਆਪਣੇ ਪੋਤੀ ਨੂੰ, ਪੋਤੇ ਨੂੰ, ਨੂੰਹ ਨੂੰ, ਰੋਟੀ ਪਾਣੀ ਜੋਗਾ ਦਿਹਾੜੀ ਪੱਤਾ ਕਰ ਆਉਂਦਾ ਸੀ। ਮੁੜ ਕੇ ਉਹ ਵੀ ਤੁਰ ਗਿਆ, ਜਿੱਦਣ ਉਹ ਤੁਰ ਗਿਆ 5-6 ਸਾਲ ਪਹਿਲਾਂ, ਬਸ ਉਦੋਂ ਮੁੜ ਕੇ ਖੇਰੂ ਖੇਰੂ ਹੋ ਗਿਆ ਬਾਬਾ। ਕਰਿਓ ਅਰਦਾਸ ਇਹ ਡੰਗਰਾਂ ਮੱਝਾਂ ਗਾਵਾਂ ਨੂੰ ਛੱਡ ਕੇ ਆਉਣ ਵਾਲੀ ਇਹ ਗੱਡੀ ਦੇ ਵਿੱਚ ਅੱਜ ਬੱਚੇ ਲੱਦ ਕੇ, ਬੱਚਿਆਂ ਦੀ ਇੱਕ ਗਰੀਬੜੀ ਅਤੇ ਬਿਮਾਰ ਮਾਂ ਨੂੰ ਲੱਦ ਕੇ ਲੈ ਕੇ ਆਇਆ ਹੈਪੀ ਸਿੰਘ, ਇਹਨਾਂ ਦਾ ਭਲਾ ਹੋਵੇ।
ਅਰਦਾਸ ਕਰਿਓ। ਆਪਦੇ ਵੀ ਨਿੱਕੇ ਨਿੱਕੇ ਜਵਾਕ ਠੰਡ 'ਚ ਨਾਲ ਲਈ ਫਿਰਦਾ ਬਾਈ, ਅਰਦਾਸ ਕਰਿਓ ਇੱਥੋਂ ਤੰਦਰੁਸਤ ਹੋ ਕੇ। ਆ ਜਾ ਬੋਬੀ, ਪੂਰਾ ਨਾਂ ਕੀ ਤੇਰਾ? ਹੈਂ? ਬੂਟਾ ਸਿੰਘ। ਬੂਟਾ ਸਿੰਘ ਬਵੀ ਹੈਂ? ਅੱਬਾ ਬੂਟਾ ਐਂ, ਕੋਈ ਨਾ ਕਮੈਂਟ ਐਂ ਉਤਰਿਆਂਗਾ ਆਪੇ। ਓਏ ਮਾਰ ਛਾਲ ਥੱਲੇ, ਮਾਰ ਸਿੱਧੀ ਛਾਲ, ਤੂੰ ਇੰਨਾ ਨੌਜਵਾਨ ਮੁੰਡਾ ਯਾਰ, ਐਂ ਮੁੰਡਿਆ ਬਵੀ ਬਿਠਾ ਦੇ ਬਿਠਾ ਦੇ ਬਿਠਾ ਦੇ। ਗੁਰਦੇ ਦੀ ਪ੍ਰੋਬਲਮ ਕੀ ਕੀ ਹੋਇਆ ਪੁੱਤ ਤੈਨੂੰ? ਗੁਰਦੇ ਨੂੰ ਤੇਰੇ ਨੂੰ ਚਾਰੇ ਪਾਸੇ ਹੋ ਮਹਾਰਾਜ ਮਿਹਰ ਕਰਨਗੇ ਪੁੱਤ, ਕੋਈ ਨਾ ਆਪਾਂ ਚੱਕ ਮਾਵਾਂਗੇ, ਸਾਰੇ ਟੈਸਟ ਕਰਾਵਾਂਗੇ, ਮੇਰੀ ਧੀ ਨੇ ਵੀ ਠੀਕ ਹੋ ਜਾਣਾ ਜਮਾ। ਅੱਛਾ ਤੂੰ ਤਾਂ ਸਰਬਜੀਤ ਕੋਰੇ ਪੜ੍ਹਨਾ ਵੀ ਆ, ਪੜ੍ਹ ਕੇ ਮੇਰੀ ਧੀ ਨੇ ਆਪਣੀ ਮੰਮੀ ਦਾ ਆਪਣੇ ਭਰਾ ਦਾ ਸਾਥ ਦੇਣਾ ਤੂੰ। ਅੱਛਾ ਬੜੀ ਸਟਰੋਂਗ ਆ ਮੇਰੀ ਧੀ, ਆ ਜਾ ਉੱਤੇ ਥੱਲੇ, ਆ ਜਾ ਮੇਰੀ ਧੀ, ਆ ਜਾ। ਰੋਣਾ ਨਹੀਂ ਗਾ, ਤੇਰੇ ਬੂਟ ਹੈਗਾ? ਧੀ ਆ ਤੂੰ ਤਾਂ, ਸਿਆਣੀ ਧੀ ਆ ਮੇਰੀ। ਬੁਲੇ ਸੋ ਨਿਹਾਲ, ਅੱਜ ਸੁਪਨਿਆਂ ਦੇ ਘਰ ਵਿੱਚ ਆਏ ਨੇ ਭੈਣ ਕਰਮਜੀਤ ਕੌਰ, ਉਹਦਾ ਬੇਟਾ ਬੂਟਾ ਸਿੰਘ ਬਵੀ ਅਤੇ ਉਹਦੀ ਬੇਟੀ ਸਰਬਜੀਤ ਕੌਰ ਗੱਗੋ ਗੱਗੇ। ਮਹਾਰਾਜ ਮਿਹਰ ਕਰਨ, ਇੱਥੋਂ ਜਿੱਦਣ ਜਾਣ ਇਹ ਸਟਰੇਚਰ 'ਤੇ ਮਾਂ ਅਤੇ ਵੀਲ ਚੇਅਰ 'ਤੇ ਪੁੱਤ ਨਾ ਹੋਵੇ, ਤਾਂ ਤੁਰ ਕੇ ਡੜੰਗੇ ਲਾਉਂਦੇ ਜਾਣ। ਨਸੇ ਅਰਦਾਸ ਕਰਿਓ।